ਅਸੀਂ ਕਾਲੀ ਸਾਰਿਆਂ ਨੂੰ, ਹੋਰ ਵੀ ਠੀਕ ਹੋ ਸਾਰੇ ਜਾਣੇ। ਹੋਰ ਜੀ ਘਰ ਪਰਿਵਾਰ ਠੀਕ ਹੈ ਜੀ ਸਭ ਦਾ। ਅਤੇ ਅੱਜ ਤਰੀਕ 12, ਹੋਰ ਸੁਣਾਓ ਠੀਕ ਹੋ ਸਾਰੇ ਜਾਣੇ। ਅਤੇ ਅੱਜ ਵੀ ਆਪਾਂ ਗੱਲ ਕਰਨ ਲੱਗੇ ਜੀ ਬੱਚਿਆਂ ਬਾਰੇ ਇੱਕ ਵਾਰ, ਠੀਕ ਹੈ ਜੀ। ਹੋਰ ਦੱਸੋ ਸਭ ਦੇ ਕਬੂਤਰ ਠੀਕ ਨੇ ਜੀ। ਜੇ ਕਿਸੇ ਨੂੰ ਵੀਰੇ ਕਿਸੇ ਦੇ ਕਬੂਤਰਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ। ਜੇ ਆਪਾਂ ਨੂੰ ਪਤਾ ਹੋਇਆ ਕਰੋ ਆਪਾਂ ਦੱਸ ਦਿਆ ਕਰਾਂਗੇ ਜੀ, ਨਹੀਂ ਪਤਾ ਹੋਇਆ ਕਰਕੇ ਕਿਸੇ ਨੂੰ ਪੁੱਛ ਕੇ ਦੱਸ ਦਿਆ ਕਰਾਂਗੇ, ਠੀਕ ਹੈ ਜੀ। ਅਤੇ ਆਹ ਚੈੱਕ ਕਰੋ ਵੀਰੇ, ਅੱਜ ਆਪਣੇ ਬੱਚੇ ਨੇ ਜੀ ਇਹ 13-13 ਦੇ ਨਾਲ ਜੀ। ਅਤੇ ਦੇਖ ਲਓ ਆਹ ਬੱਚੇ ਨੇ 13-13 ਦਿਨਾਂ ਦੇ ਜੀ, ਬਾਹਰ ਸੋਹਣੇ ਬੱਚੇ। ਬਾਰਾਂ ਤਰੀਕ ਆ ਜੀ ਅੱਜ, ਇਹ ਬੱਚੇ ਦੋਨੇ ਜੀ 13-13 ਦਿਨਾਂ ਦੇ ਹੋ ਗਏ ਨੇ। ਆਹ ਬੱਚਾ ਥੋੜ੍ਹਾ ਛੋਟਾ, ਆਹ ਵੱਡਾ, ਇਹਦਾ ਪ੍ਰੋਪਰ ਫੰਗ ਫੁੰਗ ਤੁਰ ਪਏ, ਉਹਦੇ ਰਹਿੰਦੇ ਨੇ ਹਜੇ। ਹੋਰ ਸੁਣਾਓ ਜੀ, ਆਪਾਂ ਬਸ ਹੁਣ ਵੀ ਇਹਨਾਂ ਨੂੰ ਦੇਖਦੇ ਹਾਂ ਜੀ, 20 ਦਿਨ 'ਤੇ ਹੋਏ ਤਾਂ ਬੱਚਾ ਚੱਕ ਲਾਂਗੇ ਆਹ ਵਾਲਾ, ਦੂਜਾ ਪਿਆਰ ਹੋਊਗਾ, ਠੀਕ ਹੈ ਜੀ। 20 ਦਿਨ ਦੀ ਜਿਹੜੀ ਗਰੋਥ ਚੈੱਕ ਕਰਾਵਾਂਗੇ ਤੁਹਾਨੂੰ, 20 ਦਿਨ ਜਿੱਦਾਂ ਚੱਕਣਾ ਆਊਗਾ, ਠੀਕ ਹੈ ਜੀ। ਅਤੇ ਹੁਣ ਆਪਾਂ ਡੇਲੀ ਵੀਰੇ ਇਹਨਾਂ ਨੂੰ ਅੱਜ ਤੋਂ ਸਟਾਰਟ ਕਰ ਰਹੇ ਨੇ, 5-5 ਛੋਲੇ ਦੇਣੇ ਇਹਨਾਂ ਨੂੰ ਜੀ, ਹੌਲੀ ਹੌਲੀ ਡੋਜ਼ ਵਧਾਈ ਜਾਵਾਂਗੇ ਇਹਨਾਂ ਦੀ, ਯਾਨੀ ਅੱਜ ਤੋਂ 5-5 ਦੇਣੇ ਸਟਾਰਟ ਕਰਾਂਗੇ ਇਹਨਾਂ ਨੂੰ, ਠੀਕ ਹੈ ਜੀ। ਹਾਂ ਬੱਚਾ ਚੈੱਕ ਕਰ ਲਓ ਜੀ, ਵਧੀਆ, ਇਹਨੇ ਪੂੰਛ ਕਾਲੀ ਕੱਢਣੀ ਹੈ, ਆਪ ਸਾਰੀ ਚਿੱਟਾ ਜੀ, ਮਾੜਾ ਮੋਟਾ ਕਿੱਦਾਂ ਫੰਗ ਕੰਨੀ 'ਤੇ ਹੋਊਗਾ ਸਿਰੇ ਸਿਰੇ 'ਤੇ। ਆਹ ਥੋੜ੍ਹਾ ਜਿਹਾ ਬੱਚਾ ਛੋਟਾ ਰਹਿ ਗਿਆ, ਇਹ ਆਂਡੇ 'ਚੋਂ ਹੀ ਬਹੁਤ ਔਖਾ ਨਿਕਲਿਆ, ਜੇ ਹੋ ਸਕਿਆ ਮੈਂ ਇਹਦੀ ਕਲਿੱਪ ਜੋੜੂੰਗਾ ਅਤੇ ਦੇਖਿਓ ਬੱਚਾ ਕਿਉਂ ਛੋਟਾ ਰਹਿ ਗਿਆ ਜੀ। ਦੂਜੇ ਬੱਚਾ ਨਿਕਲਿਆ ਸੀਗਾ ਜੀ, ਇਹ ਬੱਚਾ 1-2 ਦਿਨ ਲੇਟ ਨਿਕਲਿਆ, ਨਿਕਲ ਨਹੀਂ ਸੀ ਰਿਹਾ, ਆਂਡਾ ਛਿੱਲ ਕੇ ਕੱਢਿਆ ਵੀਰੇ। ਦੋਨੇ ਬੱਚੇ ਨੇ ਜੀ ਇਹ ਆਪਣੇ ਹੈਗੇ ਅਲੱਗ ਅਲੱਗ ਕਬੂਤਰਾਂ ਦੇ ਨੇ, ਆਹ ਲੱਗਦਾ ਆਹ ਲੱਗਦਾ ਪਲਾ ਹੀ ਅਲੱਗ ਕਬੂਤਰਾਂ ਦਾ ਨੇ। ਆਂਡੇ ਖਰਾਬ ਹੋ ਗਏ ਸੀ, ਇੱਕ ਕਬੂਤਰੀ ਉਹਦੇ ਥੱਲੇ ਧਰਤੇ ਸੀ, ਠੀਕ ਹੈ ਜੀ। ਬੱਚੇ ਹੋਰ ਵੀ ਨਿਕਲੇ ਹੋਏ ਨੇ, ਬੱਚੇ ਹੋਰ ਥੋੜ੍ਹੇ ਛੋਟੇ ਨੇ, ਆਹ ਬੱਚੇ ਨੇ 3 ਦਿਨ ਦੇ ਜੀ, ਅਤੇ ਆਹ ਬੱਚੇ ਨੇ 1 ਦਿਨ ਦੇ ਜੀ, ਇਹ ਕੱਲ੍ਹ ਨਿਕਲੇ ਨੇ। ਆਹ ਕਬੂਤਰੀ ਨਵੀਂ ਆਈ ਹੈ ਵੀ ਆਪਣੀ, ਗਈ ਜੀ ਕਿਸੇ ਬੰਦੇ ਕੋਲ, ਆਹ ਕਬੂਤਰ ਵੀ ਨਵਾਂ ਆ, ਇਹਨਾਂ ਦੋਨਾਂ ਦੀ ਵੀ ਵੀਡੀਓ ਬਣਾਉਂਦੇ ਹਾਂ। ਆਹ ਕਬੂਤਰੀ ਇਹ ਆਪਣੇ ਬੜੇ ਭਾਈ ਨੂੰ ਨੀ ਦਿੱਤੀ ਸੀ ਕਦੋਂ ਉਹਨਾਂ ਨੇ, ਅਤੇ ਕਬੂਤਰ ਵੀ ਦਿੱਤਾ ਸੀ ਆਪਣੇ ਕਿਸੇ ਮਿੱਤਰ ਪਿਆਰੇ ਨੇ। ਠੀਕ ਆ ਜੀ, ਹੁਣ ਤੁਹਾਨੂੰ ਇਹਦੇ ਕਰਾਉਂਦੇ ਹਾਂ ਦਰਸ਼ਨ, ਚਲੋ ਦੇਖੀ ਜਾਊਗਾ, ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ, ਹੁਣ ਲਗਾਤਾਰ ਇਹ ਵੀਡੀਓ ਪਾ ਦਾਂਗੇ, ਹੁਣ ਡੇਲੀ 2-3 ਮਿੰਟ ਦੀ, ਹੁਣ ਡੇਲੀ ਉਹ ਸਟਾਰਟ ਕਰ ਦਿੰਦੇ ਲੈ ਵੀ ਡੇ ਬਾਈ ਡੇ, ਦੇਖ ਰਹੇ ਤੁਸੀਂ ਕਿੰਨੀ ਕੁ ਸਪੋਰਟ ਕਰਦੇ ਹੋ, ਠੀਕ ਆ ਜੀ, ਡੇਲੀ ਪਾਇਆ ਕਰਾਂਗੇ ਇੱਕ ਵੀਡੀਓ।